ਪਾਕਿਸਤਾਨ ਜੰਮੂ ਕਸ਼ਮੀਰ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਹੈ। ਸੁਰੱਖਿਆ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਅਫਗਾਨਿਸਤਾਨ ਨੇ 100 ਤੋਂ ਜ਼ਿਆਦਾ ਖਤਰਨਾਕ ਅੱਤਵਾਦੀ ਅਗਲੇ ਕੁਝ ਹਫ਼ਤਿਆਂ ਵਿੱਚ ਪਾਕਿਸਤਾਨ ਜੰਮੂ ਕਸ਼ਮੀਰ ਵਿੱਚ ਘੁਸਪੈਠ ਕਰਵਾ ਸਕਦੇ ਨੇ। ਅਫਗਾਨਿਸਤਾਨ ਵਿੱਚ ਜੈਸ਼ ਏ ਮੁਹੰਮਦ ਸਰਗਨਾ ਮਸੂਦ ਅਜ਼ਹਰ ਦੇ ਭਰਾ ਮੁਫਤੀ ਰਊਫ ਅਸਗਰ ਨੇ ਆਪਣੇ ਸਾਥੀਆਂ ਨਾਲ ਜੈਸ਼ ਏ ਬਹਾਵਲਪੁਰ ਸਥਿਤ ਮੁੱਖ ਦਫ਼ਤਰ ਵਿੱਚ 19 ਅਤੇ 20 ਅਗਸਤ ਨੂੰ ਅੱਤਵਾਦੀ ਏਜੰਡੇ 'ਤੇ ਬੈਠਕ ਕੀਤੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਖੁਫੀਆ ਰਿਪੋਰਟ ਵਿੱਚ ਪਤਾ ਲੱਗਿਆ ਹੈ ਕਿ ਕੰਟਰੋਲ ਲਾਈਨ ਨਾਲ ਲੱਗੀ ਪਾਕਿਸਤਾਨੀ ਸੀਮਾ ਦੇ ਲੀਫਾ ਵੈਲੀ ਸਥਿਤ ਲਾਂਚ ਪੈਡ ਦੇ ਸੰਗਠਨ ਜੈਸ਼ ਏ ਮੁਹੰਮਦ ਦੇ 15 ਅੱਤਵਾਦੀ ਘੁਸਪੈਠ ਕਰਨ ਦੀ ਫਿਰਾਕ ਵਿੱਚ ਨੇ। ਇਸ ਲਈ ਪਾਕਿਸਤਾਨ ਗੋਲੀਬਾਰੀ ਕਰ ਰਿਹਾ ਹੈ। ਖੁਫੀਆ ਇਨਪੁੱਟ ਦੇ ਮੁਤਾਬਕ ਪਾਕਿਸਤਾਨ ਮੂਲ ਦੇ ਅੱਤਵਾਦੀ ਸੰਗਠਨ ਅਤੇ ਕੁਝ ਹਫ਼ਤਿਆਂ ਵਿੱਚ ਭਾਰਤ ਦੇ ਕਈ ਮੁੱਖ ਸ਼ਹਿਰਾਂ ਦੀ ਫੇਮਸ ਥਾਵਾਂ 'ਤੇ ਹਮਲਾ ਕਰ ਸਕਦੇ ਨੇ। ਸੂਤਰਾਂ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਹਮਲਿਆਂ ਨਾਲ ਪਾਕਿਸਤਾਨ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਕਿ ਭਾਰਤ ਸਰਕਾਰ ਵੱਲੋਂ ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਜਾਣ ਦੇ ਫੈਸਲੇ ਦੇ ਨਾਲ ਸੂਬੇ ਦੇ ਹਾਲਾਤ ਵਿਗੜੇ ਨੇ।